ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਲੰਘੇ ਕੱਲ੍ਹ, ਪਰ ਉਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜੋ ਕੁਝ ਵਾਪਰਿਆ, ਜੋ ਕੁਝ ਹੋਇਆ, ਉਹ ਹੈਰਾਨੀਜਨਕ ਹੈ। ਹੈਰਾਨੀਜਨਕ ਕਹਿਣ ਦਾ ਮਤਲਬ ਮੇਰਾ ਇਹ ਹੈ ਕਿਉਂਕਿ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਬੜੇ ਅਕਾਲੀ ਲੀਡਰ ਇਹੋ ਜਿਹੇ ਸੀਗੇ ਜਿਹੜੇ ਖੜ੍ਹੇ ਹੋਏ, ਜਿਹੜੇ ਅੰਦਰ ਖਾਤੇ, ਭਾਵੇਂ ਕਦੀ ਦੱਬੀ ਆਵਾਜ਼ ਵਿੱਚ ਅਤੇ ਕਦੀ ਬੜੀ ਹੀ ਉੱਚੀ ਆਵਾਜ਼ ਦੇ ਵਿੱਚ ਬੋਲਦੇ ਨਜ਼ਰ ਆਏ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਉਹਨਾਂ ਨੂੰ ਤਕਲੀਫ ਹੈ। ਝੂੰਡਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀਆਂ ਗੱਲਾਂ ਹੁੰਦੀਆਂ ਰਹੀਆਂ, ਗੱਠਜੋੜ ਨਾ ਹੋਣ ਦੇ ਬਾਰੇ ਗੱਲਬਾਤ ਕੀਤੀ ਜਾਂਦੀ ਰਹੀ, ਮਾੜੇ ਪ੍ਰਦਰਸ਼ਨ ਬਾਰੇ ਗੱਲਬਾਤ ਕੀਤੀ ਜਾਂਦੀ ਰਹੀ, ਯਾਨੀ ਕਿ ਡਾਇਰੈਕਟਲੀ ਇਨਡਾਇਰੈਕਟਲੀ ਨਿਸ਼ਾਨੇ ਸਾਧੇ ਜਾਂਦੇ ਰਹੇ। ਪਰ ਜਦੋਂ ਕਮੇਟੀ ਦੀ ਮੀਟਿੰਗ ਹੋਈ ਉਸ ਵੇਲੇ ਕੋਈ ਵੀ ਨਹੀਂ ਬੋਲਿਆ, ਉਸ ਵੇਲੇ ਸਾਰੇ ਚੁੱਪ ਹੋ ਗਏ। ਇਹਨਾਂ ਮੁੱਦਿਆਂ ਦੇ ਵਿੱਚ ਇੱਕ ਹੋਰ ਮੁੱਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ, ਕਿ ਲੋਕ ਸਭਾ ਚੋਣਾਂ ਦੇ ਵਿੱਚ ਦੋ ਕਥਿਤ ਪੰਥਕ ਹਲਕਿਆਂ ਦੇ ਵਿੱਚ ਸਮਰਥਨ ਕਿਉਂ ਨਹੀਂ ਦਿੱਤਾ ਗਿਆ। ਜਦੋਂ ਹਾਲਾਤ ਸਪਸ਼ਟ ਹੋ ਗਏ ਸਨ ਉਸ ਵੇਲੇ ਸਮਰਥਨ ਕਿਸ ਵਾਸਤੇ ਨਹੀਂ ਦਿੱਤਾ ਗਿਆ, ਕਿਉਂਕਿ ਜੇ ਉਹ ਸਮਰਥਨ ਦੇ ਦਿੱਤਾ ਜਾਂਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਔਰ ਸਰਬਜੀਤ ਸਿੰਘ ਖਾਲਸਾ ਨੂੰ, ਤਾਂ ਸੁਭਾਵਿਕ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਦੇ ਵਿੱਚ ਸੁਧਾਰ ਆ ਸਕਦਾ ਸੀ। ਇਹੋ ਸਾਰੇ ਮਸਲਿਆਂ ਨੂੰ ਲੈ ਕੇ ਜਦੋਂ ਸਵਾਲ ਪੁੱਛਣ ਦਾ ਸਮਾਂ ਆਇਆ ਤਾਂ ਉਸ ਵੇਲੇ ਸਵਾਲ ਹੀ ਨਹੀਂ ਪੁੱਛੇ ਗਏ। ਉਸ ਵੇਲੇ ਜਦੋਂ ਬਰੀਫਿੰਗ ਕੀਤੀ ਗਈ ਸਾਰੀ ਮੀਟਿੰਗ ਦੀ, ਤਾਂ ਇਹ ਕਹਿ ਦਿੱਤਾ ਗਿਆ ਕਿ ਸਾਰੀ ਪਾਰਟੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਬੇਹੱਦ ਖੁਸ਼ ਹੈ, ਸੰਤੁਸ਼ਟ ਨੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪ੍ਰਧਾਨ ਨੇ। ਹੈਰਾਨੀ ਦੀ ਗੱਲ ਹੈ ਕਿਉਂਕਿ ਲੰਘੇ ਸਮੇਂ ਦੇ ਵਿੱਚ ਬੜੇ ਚਿਹਰੇ ਸਾਹਮਣੇ ਆਏ, ਮਨਪ੍ਰੀਤ ਤਿਆਲੀ ਜਿਹੜੇ ਦਾਖਾ ਤੋਂ ਵਿਧਾਇਕ ਨੇ, ਪਰ ਮਨਪ੍ਰੀਤ ਤਿਆਲੀ ਨੂੰ ਤਾਂ ਖੈਰ ਕੋਰ ਕਮੇਟੀ ਦੇ ਵਿੱਚ ਰੱਖਿਆ ਹੀ ਨਹੀਂ ਗਿਆ। ਕੋਰ ਕਮੇਟੀ ਦੇ ਵਿੱਚ ਮਨਪ੍ਰੀਤ ਅਯਾਲੀ ਵਰਗਾ ਲੀਡਰ ਜਿਹੜਾ ਉਹ ਲਿਆਉਂਦਾ ਨਹੀਂ ਗਿਆ, ਸਗੋਂ ਉਹਨਾਂ ਨੂੰ ਬਾਹਰ ਰੱਖਿਆ ਹੋਇਆ। ਹੈਰਾਨੀ ਦੀ ਗੱਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਦੇ ਵਿੱਚ ਜੇ ਕੋਈ MLA ਬਣਦਾ ਤਾਂ ਉਸ ਦਾ ਰਸੂਖ, ਉਸ ਦੀ ਨੌਲੇਜ, ਉਸ ਦਾ ਰੁਤਬਾ ਸਮਝਿਆ ਜਾ ਸਕਦਾ। ਪਾਰਟੀ ਇਸ ਵੇਲੇ ਨਿਘਾਰ ਦੇ ਉੱਤੇ ਖੜੀ ਹੋਈ ਹੈ, ਔਰ ਇਹੋ ਜਿਹੀ ਸਥਿਤੀ ਦੇ ਵਿੱਚ ਜੇ ਕੋਈ ਪਾਰਟੀ ਮੈਂਬਰ, ਕੋਈ ਪਾਰਟੀ ਲੀਡਰ MLA ਬਣਦਾ, MP ਬਣਦਾ, ਤਾਂ ਉਸ ਦਾ ਰਸੂਖ ਸਮਝਿਆ ਜਾ ਸਕਦਾ। ਅਤੇ ਇਹੋ ਜਿਹੇ ਇਨਸਾਨ ਨੂੰ, ਇਹੋ ਜਿਹੇ ਲੀਡਰ ਨੂੰ ਜੇ ਕੋਰ ਕਮੇਟੀ ਦੇ ਵਿੱਚ ਨਹੀਂ ਰੱਖਿਆ ਗਿਆ ਤਾਂ ਫਿਰ ਕੀ ਫਾਇਦਾ। ਖੈਰ, ਮਨਪ੍ਰੀਤ ਤਿਆਲੀ ਨੇ ਆਵਾਜ਼ ਚੁੱਕੀ ਸੀ, ਮਨਪ੍ਰੀਤ ਤਿਆਲੀ ਨੂੰ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਨਹੀਂ ਲਿਆਂਦਾ ਗਿਆ, ਉਹਨਾਂ ਨੂੰ ਮੈਂਬਰ ਨਹੀਂ ਬਣਾਇਆ ਗਿਆ ਕੋਰ ਕਮੇਟੀ ਦਾ। ਖੈਰ, ਉਹ ਇੱਕ ਅਲੱਗ ਗੱਲ ਹੋ ਗਈ, ਉਹ ਨੈਰੇਟਿਵ ਇੱਕ ਬਾਹਰ ਰਹਿ ਗਿਆ। ਦੂਜੇ ਪਾਸੇ ਢੀਂਡਸਾ ਪਰਿਵਾਰ ਸੀ, ਢੀਂਡਸਾ ਪਰਿਵਾਰ ਵੀ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ। ਢੀਂਡਸਾ ਪਰਿਵਾਰ, ਜਿਸ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਇਹ ਦੋਵੇਂ ਮੌਜੂਦ ਸਨ, ਔਰ ਦੋਵਾਂ ਨੂੰ ਨਹੀਂ ਲਿਆਉਂਦਾ ਗਿਆ, ਜਿੱਥੇ ਕਿ ਇਹ ਕੋਰ ਕਮੇਟੀ ਦੇ ਮੈਂਬਰ ਵੀ ਨੇ। ਜਦੋਂ ਵਾਪਸੀ ਕੀਤੀ ਸੀ, ਘਰ ਵਾਪਸੀ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਅਤੇ ਉਸ ਵੇਲੇ ਇਹਨਾਂ ਨੂੰ ਕੋਰ ਕਮੇਟੀ ਦੇ ਮੈਂਬਰ ਦੁਬਾਰਾ ਲਗਾ ਦਿੱਤਾ ਗਿਆ ਸੀਗਾ। ਪਰ ਪਰਮਿੰਦਰ ਸਿੰਘ ਢੀਂਡਸਾ ਉੱਥੇ ਜਵਾਬ ਦਿੰਦੇ ਨੇ ਕਿ ਉਹਨਾਂ ਨੂੰ ਤਾਂ ਸੱਦਾ ਹੀ ਨਹੀਂ ਦਿੱਤਾ ਗਿਆ, ਕੋਰ ਕਮੇਟੀ ਦੀ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ। ਬਲਵਿੰਦਰ ਸਿੰਘ ਭੂੰਦੜ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਕਹਿੰਦੇ ਕਿ ਸੈਕਟਰੀ ਜਿਹੜਾ ਆ, ਸਕੱਤਰ ਜਿਹੜਾ ਆ, ਉਹ ਸੱਦੇ ਭੇਜਦਾ ਅਤੇ ਉਹਨੇ ਨਹੀਂ ਭੇਜਿਆ ਹੋਣਾ। ਬੜੇ ਹੀ ਸੁਭਾਵਿਕ ਜਿਹੇ ਤਰੀਕੇ ਦੇ ਨਾਲ ਇਸ ਗੱਲ ਨੂੰ ਵਣਗੌਲਿਆਂ ਕਰ ਦਿੱਤਾ ਗਿਆ। ਖੈਰ, ਉਸ ਤੋਂ ਬਾਅਦ ਵਾਰੀ ਆਉਂਦੀ ਹੈ ਪਰਮਜੀਤ ਸਿੰਘ ਸਰਨਾ ਦੀ, ਉਹਨਾਂ ਨੂੰ ਨਹੀਂ ਵਿੱਚ ਸੱਦਾ ਦਿੱਤਾ ਗਿਆ, ਉਹ ਉੱਥੇ ਨਹੀਂ ਪਹੁੰਚਦੇ। ਬਿਕਰਮ ਸਿੰਘ ਮਜੀਠੀਆ ਉੱਥੇ ਨਹੀਂ ਪਹੁੰਚਦੇ। ਹੈਰਾਨੀ ਦੀ ਗੱਲ ਹੈ, ਮਜੀਠੀਆ ਵੀ ਨਹੀਂ ਪਹੁੰਚਦੇ, ਕਿਉਂਕਿ ਮਜੀਠੀਆ ਦਾ ਰਸੂਖ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਹੈਗਾ ਉਹ ਸਮਝਿਆ ਜਾ ਸਕਦਾ। ਪਰ ਦੂਜੇ ਪਾਸੇ ਹੁਣ ਆਉਂਦੇ ਹਾਂ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਉੱਤੇ। ਪ੍ਰੇਮ ਸਿੰਘ ਚੰਦੂ ਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ, ਇਹ ਉਹ ਲੀਡਰ ਨੇ ਜਿਹੜੇ ਦੱਬੀ ਆਵਾਜ਼ ਵਿੱਚ ਕਿਤੇ ਨਾ ਕਿਤੇ ਇਹ ਗੱਲ ਕਹਿੰਦੇ ਪਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਦੁਬਾਰਾ ਰਣਨੀਤੀ ਬਾਰੇ ਸੋਚਣਾ ਜ਼ਰੂਰੀ ਹੈ। ਯਾਨੀ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਥੋੜ੍ਹੀ ਗਲਤ ਜਾਂਦੀ ਪਈ ਹੈ, ਜਿਸ ਵਾਸਤੇ ਅਕਾਲੀ ਦਲ ਨੂੰ ਸਮਝਣਾ ਜ਼ਰੂਰੀ ਹੈ। ਪਰ ਇਹ ਵੀ ਉੱਥੇ ਕੁਝ ਨਹੀਂ ਬੋਲੇ। ਪ੍ਰੇਮ ਸਿੰਘ ਚੰਦੂ ਮਾਜਰਾ ਦਾ ਤਾਂ ਬਿਆਨ ਵੀ ਸਾਹਮਣੇ ਆਇਆ ਸੀ ਕਿ ਦੋਵੇਂ ਸੀਟਾਂ ਦੇ ਉੱਤੇ ਵਿਚਾਰ ਕਰ ਲੈਣਾ ਚਾਹੀਦਾ ਸੀ, ਪਰ ਕੋਈ ਕੁਝ ਨਹੀਂ ਬੋਲਿਆ।
ਯਾਨੀ ਕਿ ਸਾਫ਼ ਗੱਲ ਸਾਹਮਣੇ ਆ ਗਈ ਕਿ ਸੁਖਬੀਰ ਸਿੰਘ ਬਾਦਲ ਬਾਰੇ ਬੋਲਣ ਵਾਲਿਆਂ ਨੂੰ ਪਹਿਲੀ ਗੱਲ ਜਾਂ ਤਾਂ ਬੁਲਾਇਆ ਹੀ ਨਹੀਂ ਗਿਆ, ਔਰ ਦੂਜੀ ਗੱਲ ਜੇ ਕੋਈ ਬੋਲਦਾ ਵੀ ਸੀ ਤਾਂ ਉਸ ਨੂੰ ਚੁੱਪ ਕਰਾ ਦਿੱਤਾ ਗਿਆ। ਹੁਣ ਚੁੱਪ ਕਿਸ ਤਰ੍ਹਾਂ ਕਰਾਇਆ ਗਿਆ, ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੋ ਸਕਦੀ ਹੈ, ਇਹਦੇ 'ਤੇ ਸਵਾਲ ਖੜ੍ਹੇ ਹੋ ਸਕਦੇ ਨੇ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਬਰਕਰਾਰ ਹੈ, ਇੰਨਾ ਸਪਸ਼ਟ ਕਰ ਦਿੱਤਾ ਗਿਆ। ਇਸ 7 ਘੰਟਿਆਂ ਚੱਲੀ ਮੀਟਿੰਗ ਦਾ ਕੋਈ ਫਾਇਦਾ ਨਹੀਂ ਹੋਇਆ, ਕੋਈ ਸੱਟਾ ਨਹੀਂ ਨਿਕਲਿਆ। ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਪੁੱਛਿਆ ਗਿਆ ਕਿ ਗੱਠਜੋੜ ਬਾਰੇ ਕੀ ਚਰਚੇ ਚੱਲਦੇ ਪਏ ਨੇ, ਹਾਲਾਂਕਿ ਗੱਠਜੋੜ ਦੀਆਂ ਗੱਲਾਂ ਵੀ ਜਿਹੜੀਆਂ ਚੱਲੀਆਂ ਸੀ, ਔਰ ਕਈ ਸੀਨੀਅਰ ਲੀਡਰਸ ਇਹ ਵੀ ਚਾਹੁੰਦੇ ਸੀ ਕਿ ਗੱਠਜੋੜ ਹੋ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਕੁਝ ਸੀਟਾਂ ਅਖਤਿਆਰ ਕਰ ਸਕੇ। ਪਰ ਉਹਦੇ ਉੱਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸ਼ਰਤਾਂ ਹੀ ਨਹੀਂ ਮੰਨੀਆਂ ਗਈਆਂ, ਸ਼ਰਤਾਂ ਬੀਜੇਪੀ ਜਿਹੜੀ ਹੈ ਉਹ ਨਹੀਂ ਮੰਨੀ। ਹੁਣ ਜੇ ਸ਼ਰਤਾਂ ਨਹੀਂ ਮੰਨੀ, ਉਸ ਵੇਲੇ ਇਹ ਸਿਚੁਏਸ਼ਨ ਬਣ ਗਈ ਸੀ ਅਤੇ ਆਪਣੀ ਕਮੇਟੀ ਦੇ ਮੈਂਬਰਸ ਨੂੰ ਸਿਚੁਏਸ਼ਨ ਕਲੀਅਰ ਕਰਨੀ ਚਾਹੀਦੀ ਸੀ ਕਿ ਭਾਈ ਦੂਸਰੀ ਪਾਰਟੀ ਗੱਠਜੋੜ ਜਿੰਨਾ ਕਰਨਾ ਆ ਉਹ ਇਹ ਗੱਲ ਕਰਦੀ ਪਈ ਹੈ, ਉਹ ਸਾਡੀ ਗੱਲ ਨਹੀਂ ਮੰਨਦੀ ਪਈ, ਅਤੇ ਇਸ ਤੋਂ ਬਾਅਦ ਕੀ ਸਿਚੁਏਸ਼ਨ ਸਾਹਮਣੇ ਆ ਸਕਦੀ ਹੈ ਜਾਂ ਫਿਰ ਕਿਸ ਤਰ੍ਹਾਂ ਸਾਨੂੰ ਤੁਰਨਾ ਚਾਹੀਦਾ, ਸੁਝਾਅ ਮੰਗਣੇ ਚਾਹੀਦੇ ਸੀ। ਉਸ ਵੇਲੇ ਆਪਣੇ ਤੌਰ ਦੇ ਉੱਤੇ ਸਾਰੀ ਮਾਮਲੇ ਨੂੰ ਸਮਝਾ ਕੇ ਸੁਲਟਾ ਕੇ ਅਤੇ ਅਗਾਂਹ ਵੱਧਦੇ ਚਲੇ, ਅਤੇ ਉਸ ਤੋਂ ਬਾਅਦ ਬੋਝੇ 'ਚ ਕੀ ਪਿਆ, ਇੱਕੋ ਸੀਟ ਬਠਿੰਡੇ ਦੀ, ਉਹ ਵੀ ਵਿਵਾਦਿਤ ਵਿਸ਼ਾ ਬਣਿਆ ਹੋਇਆ ਇਸ ਸਮੇਂ ਦੇ ਵਿੱਚ, ਉਹ ਵੀ ਵਿਵਾਦਿਤ ਸੀਟ ਬਣੀ ਹੋਈ ਹੈ ਇਸ ਸਮੇਂ ਦੇ ਵਿੱਚ। ਖੈਰ, ਇਸ ਕਮੇਟੀ ਦੀ ਮੀਟਿੰਗ ਤੋਂ ਬਾਅਦ, ਬੇਸਿੱਟਾ ਰਹੀ ਮੀਟਿੰਗ ਤੋਂ ਬਾਅਦ, ਜਿੱਥੇ ਗੱਲ ਉੱਥੇ ਆ ਕੇ ਖੜੋਗੀ ਹੈ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ, ਪਰ ਹੁਣ ਗੱਲ ਇੱਥੇ ਆ ਕਿ ਜਿਹਨਾਂ ਨੂੰ ਪ੍ਰੋਬਲਮ ਹੈ ਔਰ ਜਿਹੜੇ ਪਾਰਟੀ ਦੇ ਵਿੱਚ ਹੈਗੇ ਨੇ ਪਰ ਉਹਨਾਂ ਨੂੰ ਲਿਆਂਦਾ ਨਹੀਂ ਗਿਆ, ਉਹ ਕੀ ਕਰਨਗੇ? ਮਨਪ੍ਰੀਤ ਸਿੰਘ ਅਯਾਲੀ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ? ਦਾਖਾ ਵਾਲੇ ਵਿਧਾਇਕ ਜਿਹੜੇ ਨੇ ਉਹ ਹੁਣ ਕੀ ਕਰ ਸਕਦੇ ਨੇ, ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ, ਇਹਦੇ ਬਾਰੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਤਾਂ ਸਿੱਧੀ ਗੱਲ ਕਰ ਚੁੱਕੇ ਨੇ ਕਿ ਇਕਬਾਲ ਸਿੰਘ ਝੂੰਦਾ ਦੀ ਰਿਪੋਰਟ ਜਿਹੜੀ ਹੈ ਉਹ ਲਾਗੂ ਹੋਣੀ ਚਾਹੀਦੀ ਹੈ। ਪਰ ਉੱਥੇ ਹੀ ਦੂਜੇ ਪਾਸੇ ਹੁਣ ਇਹ ਸਿੱਟਾ ਕਿਸੇ ਹੋਰ ਪਾਸੇ ਨਿਕਲ ਗਿਆ, ਹੁਣ ਗੱਲ ਇੱਥੇ ਖੜਦੀ ਹੈ ਕਿ ਕੀ ਮਨਪ੍ਰੀਤ ਸਿੰਘ ਅਯਾਲੀ ਕੋਈ ਵੱਡਾ ਸਟੈਪ ਲੈ ਸਕਦੇ ਨੇ। ਜੋ ਵੀ ਹੋਊਗਾ ਉਹ ਆਉਂਦੇ ਸਮੇਂ ਦੇ ਵਿੱਚ ਕਲੀਅਰ ਹੋ ਜਾਊਗਾ, ਪਰ ਫਿਲਹਾਲ ਇਸ ਮੀਟਿੰਗ ਨੂੰ ਬੇਸਿੱਟਾ ਕਰਾਰ ਦੇ ਦੇਣਾ ਚਾਹੀਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।